ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਇਸ ਸੰਵਿਧਾਨ ਨੂੰ, ਇਸ ਦੇਸ਼ ਨੂੰ, ਇਸ ਮੁਲਕ ਨੂੰ ਜੇ ਸੈਕੂਲਰਿਜ਼ਮ ਨਾ ਦਿੰਦੇ, ਧਰਮ ਨਿਰਪੇਸ਼ਤਾ ਨਾ ਦਿੰਦੇ, ਤੁਸੀਂ ਕਿਸੇ ਮਿੱਟੀ ਦੀ ਢੇਰੀ ਬਣਾ ਕੇ ਮੱਥਾ ਨਹੀਂ ਸੀ ਟੇਕ ਸਕਦੇ। ਗੁਰੂ ਯਾਦ ਹੋਏਗਾ ਜਿਹੜੇ ਮਰਜ਼ੀ ਧਰਮ ਨੂੰ ਮੰਨੇ, ਜਿਹੜੇ ਮਰਜ਼ੀ ਧਰਮ ਨੂੰ ਛੱਡੇ, ਤੁਸੀਂ ਰਾਧਾ ਸਵਾਮੀ ਦੇ ਡੇਰੇ ਜਾਓ, ਤੁਸੀਂ ਨਿਰੰਕਾਰੀ ਦੇ ਡੇਰੇ ਜਾਓ, ਕਿਸੇ ਮੁਸਲਮਾਨ ਦੀ ਮਸੀਹ ਦੇ ਉੱਤੇ ਮੱਥਾ ਟੇਕੋ, ਤੁਸੀਂ ਸਿੱਖ ਧਰਮ ਨੂੰ ਮੰਨੋ, ਤੁਸੀਂ ਗੁਰੂ ਗ੍ਰੰਥ ਸਾਹਿਬ। ਮੈਂ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਹ ਗੱਲ ਕਹੀ ਕਿ ਬਾਦਲ ਸਾਹਿਬ ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਇਸ ਦੇਸ਼ ਨੂੰ ਸੈਕੂਲਰਿਜ਼ਮ ਸਟੇਟ ਨਾ ਦਿੰਦੇ, ਧਰਮ ਨਿਰਪੇਕਸ਼ਤਾ, ਤੁਸੀਂ ਆਜ਼ਾਦੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਨਹੀਂ ਸੀ ਟੇਕ ਸਕਦੇ। ਅਸੀਂ ਤਾਂ ਤਮਾਸ਼ਾ ਸਮਝਦੇ ਹਾਂ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ, ਤਮਾਸ਼ਾ ਸਮਝਦੇ ਹਾਂ ਕਿ ਕਾਂਸ਼ੀ ਰਾਮ, ਤਮਾਸ਼ਾ ਸਮਝਦੇ ਹਾਂ ਵੀ ਡਬਲੂਗੀ ਬਜਾਈ, ਮਦਾਰੀ ਬਣੀ, ਤਾੜੀਆਂ ਮਾਰੀਆਂ, ਜਨਮ ਦਿਨ ਮਨਾਇਆ।